ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ। ਅੱਜ ਆਪਾਂ ਬਣਾਵਾਂਗੇ ਅੰਮ੍ਰਿਤਸਰੀ ਛੋਲੇ ਭਟੂਰੇ। ਅਤੇ ਚਲੋ ਸ਼ੁਰੂ ਕਰਦੇ ਹਾਂ ਵੀਡੀਓ। ਇਹਦੇ ਲਈ ਆਪਾਂ ਇੱਕ ਕੌਲੀ ਮੈਦੇ ਦੀ ਲਈ ਹੈ, ਇੱਕ ਕੌਲੀ ਇਹਦੇ ਵਿੱਚ ਆਪਾਂ ਸੂਜੀ ਦੀ ਲਈ ਹੈ, ਅਤੇ ਅੱਧਾ ਚਮਚ ਨਮਕ, ਇੱਕ ਚਮਚ ਚੀਨੀ ਦਾ ਪਾ ਲਿਆ, ਅਤੇ ਦਹੀਂ ਅੱਧੀ ਕੌਲੀ ਪਾਈ ਹੈ, ਤੇਲ ਦੇ 2 ਚਮਚ ਪਾਏ ਨੇ, 1 ਚਮਚ ਆਪਾਂ ਬੇਕਿੰਗ ਪਾਊਡਰ ਦਾ ਪਾਵਾਂਗੇ। ਅਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਮਿਕਸ ਕਰ ਲਵਾਂਗੇ, ਅਤੇ ਪ੍ਰੋਪਰ ਇਹਦਾ ਇੱਕ ਡੋ ਤਿਆਰ ਕਰ ਲਵਾਂਗੇ। ਡੋ ਤਿਆਰ ਕਰਨ ਤੋਂ ਬਾਅਦ ਇਹਨੂੰ ਥੋੜ੍ਹੀ ਦੇਰ ਲਈ ਆਪਾਂ ਰੈਸਟ 'ਤੇ ਰੱਖਾਂਗੇ। ਪ੍ਰੋਪਰ ਇਹਦਾ ਬਿਲਕੁਲ 15-20 ਮਿੰਟ ਇਹਨੂੰ ਰੈਸਟ 'ਤੇ ਰੱਖ ਕੇ ਉਸ ਤੋਂ ਬਾਅਦ ਇਹਦਾ ਆਪਾਂ ਪੇੜਾ ਕਰਾਂਗੇ। ਪੇੜਾ ਕਰਕੇ ਇਹਨੂੰ ਚੰਗੀ ਤਰ੍ਹਾਂ ਪਤਲਾ ਜਿਹਾ ਇੱਕ ਵੇਲਣਾ ਹੈ ਨਾ। ਵੇਲਣ ਤੋਂ ਬਾਅਦ ਇੱਕ ਕੜਾਈ ਦੇ ਵਿੱਚ ਤੇਲ ਪਾ ਕੇ ਗਰਮ ਕਰ ਲਵਾਂਗੇ ਚੰਗੀ ਤਰ੍ਹਾਂ, ਅਤੇ ਇਹਨੂੰ ਭਟੂਰੇ ਨੂੰ ਆਪਾਂ ਤੇਜ਼ ਆਂਚ 'ਤੇ, ਗੈਸ ਹੋਵੇ ਅਤੇ ਉਹਦੇ 'ਚ ਕੜਾਈ ਦੇ ਵਿੱਚ ਆਪਾਂ ਤਲਾਂਗੇ। ਭਟੂਰਾ ਤਾਂ ਹੀ ਫੁੱਲੂਗਾ ਜੇ ਗੈਸ ਬਿਲਕੁਲ ਤੇਜ਼ ਹੋਊਗਾ ਅਤੇ ਤੇਲ ਬਿਲਕੁਲ ਕਲਕਿਆ ਹੋਊਗਾ। ਸੂਜੀ ਅਤੇ ਮੈਦੇ ਦੇ ਭਟੂਰੇ ਬਹੁਤ ਵਧੀਆ ਬਣਦੇ, ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ। ਅਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੋਵੇ ਤਾਂ ਜ਼ਰੂਰ ਲਾਈਕ ਅਤੇ ਸ਼ੇਅਰ ਅਤੇ ਸਬਸਕ੍ਰਾਈਬ ਕਰ ਲਿਓ, ਫੋਲੋ ਕਰ ਲਿਓ। ਜੇ ਫੇਸਬੁੱਕ ਤੋਂ ਦੇਖ ਰਹੇ ਹੋ ਤਾਂ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ, ਅਤੇ ਵੀਡੀਓ ਨੂੰ ਜ਼ਰੂਰ ਅੱਗੇ ਦੀ ਅੱਗੇ ਸ਼ੇਅਰ ਕਰਿਓ। ਅਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ।